ਜੇਕਰ ਅਸੀਂ ਪੰਜਾਬ ਰੰਗ ਮੰਚ ਦੀ ਗੱਲ ਕਰੀਏ ਤਾਂ ਪੰਜਾਬ ਰੰਗ ਮੰਚ ਦੇ ਰਚਾਇਤਾ ਸਾਡੇ ਭੰਡ ਮਰਾਸੀ ਸਨ। ਭੰਡ ਮਰਾਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਨਾਟਕ ਖੇਡਦੇ ਹੁੰਦੇ ਸਨ। ਭੰਡ ਮਰਾਸੀ ਸਾਡੇ ਮੇਲਿਆਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਅਤੇ ਸਾਡੇ ਖੁਸ਼ੀ ਦੇ ਹਰ ਮਾਹੌਲ ਦੇ ਵਿੱਚ ਸ਼ਾਮਿਲ ਹੁੰਦੇ ਹਨ। ਉਹ ਜਦੋਂ ਵਿਆਹ ਦੇ ਵੇਲਾ ਆਉਂਦਾ ਹੈ ਤਾਂ ਭੰਡ ਮਰਾਸੀ ਤੋਂ ਬਿਨਾਂ ਤਾਂ ਵਿਆਹ ਪੂਰਨ ਹੀ ਨਹੀਂ ਮੰਨਿਆ ਜਾਂਦਾ। ਨਮਸਕਾਰ, ਮੇਰਾ ਨਾਮ ਅੰਕੁਸ਼ ਸਿੰਘ ਆ। ਆਪਾਂ ਪੰਜਾਬ ਦੇ ਵਿਰਸੇ ਨੂੰ ਲੈ ਕੇ ਨਾਟਕ ਕਰ ਰਹੇ ਹਾਂ। ਮੈਂ ਇਸ ਨਾਟਕ ਵਿੱਚ ਦੀਪੇ ਦਾ ਰੋਲ ਅਦਾ ਕਰ ਰਿਹਾ ਹਾਂ। ਮੇਰਾ ਨਾਮ ਲਕਸ਼ਮੀ ਹੈ ਅਤੇ ਮੈਂ ਇਸ ਨਾਟਕ ਵਿੱਚ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਦਾ ਰੋਲ ਅਦਾ ਕੀਤਾ ਹੈ। ਅਸੀਂ ਇਸ ਨਾਟਕ ਦੇ ਦੁਆਰਾ ਪੰਜਾਬ ਦੇ ਵਿਰਸੇ ਅਤੇ ਕਲਚਰ ਨੂੰ ਸਿਰਜਿਆ। ਨਮਸਕਾਰ, ਮੇਰਾ ਨਾਮ ਪੂਜਾ ਕੁਮਾਰੀ ਹੈ। ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਾਲ ਦੀ ਵਿਦਿਆਰਥਣ ਹਾਂ। ਮੈਂ ਇਸ ਨਾਟਕ ਵਿੱਚ ਤਾਰੀ ਦੀ ਭੈਣ ਲਾਲੀ ਦਾ ਰੋਲ ਅਦਾ ਕਰ ਰਹੀ ਹਾਂ। ਸ਼੍ਰੀ ਅਕਾਲ, ਮੇਰਾ ਨਾਮ ਰੂਪੀ ਹੈ। ਮੈਂ ਇਸ ਨਾਟਕ ਵਿੱਚ ਤਾਰੀ ਦਾ ਰੋਲ ਅਦਾ ਕਰਨ ਜਾ ਰਹੀ ਹਾਂ। ਤਾਰੀ ਭਟਕ ਚੁੱਕਿਆ ਨੌਜਵਾਨ ਨੂੰ ਕਿਸ ਤਰ੍ਹਾਂ ਕਿਸ ਪਾਸੇ ਲੈ ਜਾਂਦੇ ਨੇ, ਇਹ ਤੁਹਾਨੂੰ ਇਸ ਨਾਟਕ ਰਾਹੀਂ ਪਤਾ ਲੱਗੇਗਾ। ਆਸ਼ਾ ਹੈ, ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਾਲ ਦੀ ਵਿਦਿਆਰਥਣ ਹਾਂ। ਮੈਂ ਇਸ ਨਾਟਕ ਵਿੱਚ ਤਾਰੀ ਅਤੇ ਲਾਲੀ ਦੀ ਮਾਂ ਦਾ ਰੋਲ ਅਦਾ ਕੀਤਾ ਹੈ। ਸਤਿ ਸ਼੍ਰੀ ਅਕਾਲ। ਨਮਸਕਾਰ, ਮੇਰਾ ਨਾਮ ਆਕਾਸ਼ ਸ਼ਰਮਾ ਹੈ। ਮੈਂ ਇਸ ਨਾਟਕ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਦੇ ਰਿਹਾ ਹਾਂ। ਉਹ ਭਾਦ ਲੱਗੇ ਰਹਿਣ, ਖੇਤਾਂ ਨੂੰ ਸਾਦ ਲੱਗੇ ਰਹਿਣ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਭਿਸ਼ੇਕ ਹੈ। ਮੈਂ 9ਵੀਂ ਬੀ ਜਮਾਤ ਵਿੱਚ ਪੜ੍ਹਦਾ ਹਾਂ। ਮੈਂ ਇਸ ਨਾਟਕ ਦੇ ਵਿੱਚ ਭੰਡ ਦਾ ਰੋਲ ਕਰ ਰਿਹਾ ਹਾਂ। ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਭਗਤ ਸਿੰਘ ਬਾਰੇ ਪੜ੍ਹਿਆ। ਉਹ ਕਰਤਾਰ ਸਿੰਘ ਬਾਰੇ ਵੀ ਤਾਂ ਪੜ੍ਹਿਆ। ਉਹ ਪੰਜਾਬ ਦੇ ਨਾਟਕਾਂ ਬਾਰੇ ਵੀ ਤਾਂ ਪੜ੍ਹਿਆ। ਉਹ ਪੰਜਾਬ ਦੇ ਨਾਟਕਾਂ ਦੀ ਹਿਸਟਰੀ ਬਾਰੇ ਵੀ ਤਾਂ ਪੜ੍ਹਿਆ। ਉਹ ਫੋਕ ਆਰਟ ਬਾਰੇ ਵੀ ਪੜ੍ਹਿਆ। ਗਿੱਧਾ, ਭੰਗੜਾ ਇਹ ਸਾਰੇ ਆਰਟ ਹੀ ਤਾਂ ਨੇ। ਉਹ ਮਰਾਸੀਆਂ ਨੂੰ ਭੁੱਲ ਗਿਆ। ਉਹ ਭਾਂਡਾ ਬਾਰੇ ਵੀ ਤਾਂ ਆਪਾਂ ਜਾਣਕਾਰੀ ਪ੍ਰਾਪਤ ਕੀਤੀ। ਉਹ ਭਾਂਡੀ ਤਾਂ ਨਾਟਕ ਦੀ ਸ਼ਾਨ ਹੁੰਦੇ ਸਨ। ਉਹ ਤਾਂ ਹੀ ਜਾ ਕੇ ਤਾਂ ਇਹ ਨਾਟਕ ਸਿਰਜਿਆ ਗਿਆ। ਸਾਡੇ ਪੰਜਾਬ ਦੇ ਬਜ਼ੁਰਗ ਵੀ ਏਦਾਂ ਦੇ ਪਰਨੇ ਬੰਨਦੇ ਸੀ। ਨਾਲੇ ਮੈਂ ਪਰਨਾ ਆਪਣੇ ਦਾਦਾ ਜੀ ਕੋਲੋਂ ਲੈ ਕੇ ਆਈ ਆ। ਤੇ ਮੈਂ ਇਸ ਨਾਟਕ ਵਿੱਚ ਭਰਾ ਦੀ ਭੈਣ ਦਾ ਰੋਲ ਅਦਾ ਕੀਤਾ ਹੈ ਤੇ ਮੈਂ ਆ ਚੁੰਨੀ ਲੈ ਕੇ ਨਾਟਕ ਕਰਨਾ ਹੈ। ਉਹ ਅੱਜ ਅਸੀਂ ਪਿੰਡ ਆਏ ਆ। ਅੱਜ ਅਸੀਂ ਪਿੰਡ ਦੇ ਸਭ ਤੋਂ ਬਜ਼ੁਰਗ ਬੰਦੇ ਤੋਂ ਪੱਗਾਂ ਬੰਨਣੀਆਂ ਸਿੱਖਾਂਗੇ। ਉਹ ਪਰਨਾ ਬੰਨਣਾ ਵੀ ਸਿੱਖਾਂਗੇ ਤੇ ਭਗਤ ਸਿੰਘ ਬਾਰੇ ਜਾਣਕਾਰੀ ਹਾਸਲ ਕਰਾਂਗੇ। ਉਹ ਚਲੋ ਫਿਰ। ਚਲੋ ਚਲੋ। ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ, ਅਸੀਂ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਾਲ ਦੇ ਵਿਦਿਆਰਥੀ ਹਾਂ। ਅਸੀਂ ਸਾਰੇ ਦਿੱਲੀ ਇੱਕ ਨਾਟਕ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਮੈਂ ਭਗਤ ਸਿੰਘ ਦਾ ਰੋਲ ਕਰਨਾ ਹੈ ਤੇ ਪੱਗ ਵੀ ਬੰਨਣੀ ਹੈ। ਤੁਸੀਂ ਮੈਨੂੰ ਪੱਗ ਬੰਨਣੀ ਸਿਖਾਓਗੇ ਨਾ? ਜ਼ਰੂਰ 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 ਸਿਖਾਵਾਂਗੇ ਜੀ। ਪੱਗ ਭਗਤ ਸਿੰਘ ਜੀ ਪੀਲੇ ਰੰਗ ਦੀ ਪੱਗ ਬੰਨਦੇ ਸੀਗੇ ਹੈ ਜੀ। ਇਹ ਪੱਗ ਦੇ ਦੋ ਤੰਦ ਹੁੰਦੇ ਆ। ਇਹਦੀ ਪਹਿਲਾਂ ਪੂਣੀ ਕੀਤੀ ਜਾਂਦੀ ਹੈ। ਪੂਣੀ ਕਰਨ ਤੋਂ ਬਾਅਦ ਫਿਰ ਪੱਗ ਵੱਜਦੀ ਹੈ। ਬਾਪੂ ਜੀ, ਮੈਂ ਵੀ ਇਸ ਨਾਟਕ ਵਿੱਚ ਬਾਪੂ ਦਾ ਰੋਲ ਅਦਾ ਕਰਨਾ ਆ। ਆ ਜਿੱਦਾਂ ਦਾ ਪਰਨਾ ਤੁਸੀਂ ਪੰਨਿਆ ਨਾ, ਮੈਨੂੰ ਵੀ ਐਦਾਂ ਦਾ ਪਰਨਾ ਬੰਨਣਾ ਸਿਖਾ ਦਿਓ। ਜ਼ਰੂਰ, ਇਹ ਵੀ ਸਿਖਾ ਦਿਆਂਗੇ ਤੁਹਾਨੂੰ ਨਾ ਜੀ। ਲਓ ਹੁਣੇ ਸਿਖਾ ਦਿੰਨੇ ਆ। ਇਦਾਂ ਪਰਨੇ ਨੂੰ ਇਕੱਠਾ ਕਰ ਲੈਣਾ ਬੱਚਾ। ਇਹ ਦੇਖੋ, ਤੁਸੀਂ ਤਾਂ ਧਿਆਨ ਰੱਖਣਾ। ਠੀਕ ਹੈ? ਹਾਂਜੀ। ਇਸਦਾ ਮਤਲਬ ਇਹ ਹੋਇਆ ਕਿ ਇਹ ਸਰਾਂ ਸੀ। ਸ਼ਰਨ, ਤੂੰ ਇਹਨੂੰ ਧਿਆਨ ਨਾਲ ਦੇਖ ਲਾ, ਤੂੰ ਬਣਜਾਣਨ ਬਣਨਾ ਆ ਨਾ। ਆਂਟੀ ਜੀ, ਮੈਂ ਰੱਖ ਲਵਾਂ ਇਹਨੂੰ? ਰੱਖ ਲੈ, ਤੇਰੇ ਰੋਲ ਚ ਕੰਮ ਆਊਗਾ। ਉਹ ਅੱਜ ਆਪਾਂ ਜੰਡਿਆਲੇ ਪਿੰਡ ਆਏ ਸੀ
ਇੱਥੇ ਦੇ ਪੰਡ ਪੰਜਾਬ ਵਿੱਚ ਬੜੇ ਮਸ਼ਹੂਰ ਆ। ਆਪਾਂ ਉਹਨਾਂ ਪੰਡਾਂ ਦੇ ਬਾਰੇ ਉਹਨਾਂ ਦੇ ਪੰਡਾਂ ਬਾਰੇ ਵਿਰਸੇ ਦੇ ਬਾਰੇ ਜਾਣਿਆ, ਉਹਨਾਂ ਦੀ ਚਾਲ ਢਾਲ, ਉਹਨਾਂ ਦੀ ਬੋਲੀ, ਉਹ ਸੁਰ ਆ ਦੇਖ, ਉਹਨਾਂ ਨੇ ਮੈਨੂੰ ਇੱਕ ਕੁੜਤੀ ਵੀ ਦਿੱਤੀ ਆ, ਮੈਨੂੰ ਪਰਨਾ ਵੀ ਦਿੱਤਾ ਆ। ਓਏ ਹੁਣ ਬਣੂ ਆਪਣਾ ਨਾਟਕ। ਹਾਂ ਉਹਦੇ ਅੱਗੇ ਨੀ ਜਾਣਾ, ਅੱਗੇ ਨੀ ਜਾਣਾ ਉਹਦੇ, ਇੱਥੇ ਬਿਠਾ ਲਓ ਇਹਨੂੰ, ਇੱਥੇ ਇੱਥੇ ਉਹ ਪਟੜਾ ਰੱਖੋਗੇ ਤੁਸੀਂ ਤੇ ਬੈਠ ਜਾਓਗੇ, ਇਹ ਸਾਰਾ ਕੁਛ ਅੱਗੇ ਰੱਖ ਦੇ। ਲਾਲੀ 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 ਰੰਗਮੰਚ ਰੰਗਮੰਚ ਸਮਾਜ ਦਾ ਆਇਨਾ ਹੁੰਦਾ ਹੈ, ਜਿਸ ਵਿੱਚ ਅਸੀਂ ਸਮਾਜ ਦੇ ਵਿੱਚ ਗਲਤ ਹੋ ਰਹੀਆਂ ਰੀਤਾਂ ਰਿਵਾਜਾਂ ਤੇ ਸਾਡੇ ਬਦਲਦੇ ਹੋਏ ਸਮਾਜ ਦੀ ਤਸਵੀਰ ਪੇਸ਼ ਕਰਦੇ ਹਾਂ। ਤੇ ਅੱਜ ਇੱਕ ਐਸੀ ਹੀ ਤਸਵੀਰ ਅਸੀਂ ਇਸ ਨਾਟਕ ਦੇ ਰਾਹੀਂ ਪੇਸ਼ ਕਰ ਰਹੇ ਹਾਂ, ਜਿਸ ਨੂੰ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਦੇ ਬੱਚੇ ਬੜੀ ਬੇਖੂਬੀ ਦੇ ਨਾਲ ਇਸ ਨਾਟਕ 'ਤੇ ਮਿਹਨਤ ਕਰ ਰਹੇ ਨੇ। ਸਮਾਜ ਦੀ ਉਸਾਰੀ ਲਈ ਨਾਟਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਗਈ। ਜੇ ਇਤਿਹਾਸ ਵਿੱਚ ਦੇਖਿਆ ਜਾਵੇ ਤਾਂ ਇਪਟਾ ਲਹਿਰ ਤੋਂ ਲੈ ਕੇ ਭਾਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਤੱਕ ਅਤੇ ਭਾਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਤੋਂ ਲੈ ਕੇ ਹੁਣ ਤੱਕ ਦੀਆਂ ਬਹੁਤ ਸਾਰੀਆਂ ਤਬਦੀਲੀਆਂ, ਖਾਸ ਤੌਰ 'ਤੇ ਖੱਬੇ ਪੱਖੀ ਲਹਿਰ ਦੇ ਉਭਾਰ ਵਿੱਚ ਨਾਟਕ ਦੀ ਭੂਮਿਕਾ ਬੜੀ ਮਹੱਤਵਪੂਰਨ ਰਹੀ ਹੈ। ਸਮਾਜਿਕ ਤਬਦੀਲੀਆਂ ਜਿਹੜੀਆਂ ਹੁਣ ਤੱਕ ਦੁਨੀਆ ਭਰ 'ਚ ਵਾਪਰੀਆਂ, ਉਹਨਾਂ ਵਿੱਚ ਨਾਟਕ ਇੱਕ ਵਿਸ਼ੇਸ਼ ਵਿਧਾ ਦੇ ਰੂਪ 'ਚ ਉਭਰਿਆ ਹੈ। ਇਹ ਸਾਹਿਤ ਦਾ ਉਹ ਰੂਪ ਹੈ ਜਿਹਦੇ ਰਾਹੀਂ ਮਨੁੱਖੀ ਸਮਾਜ ਨੂੰ ਨਰੋਆ ਬਣਾਉਣ ਵਿੱਚ ਬੜੀ ਅਹਿਮ ਭੂਮਿਕਾ ਜਿਹੜੀ ਹੈ ਇਸ ਪੱਖ ਤੋਂ ਦੇਖੀ ਜਾ ਸਕਦੀ ਹੈ।